ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੁਡੀਸ਼ੀਅਲ ਜੇਲ੍ਹ ਭੇਜ ਦਿੱਤਾ ਗਿਆ। ਲੁਧਿਆਣਾ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ 'ਤੇ ਪਿਛਲੇ ਦਿਨੀ 144 ਧਾਰਾ ਤੋੜਨ ਦੇ ਤਹਿਤ ਮਾਮਲਾ ਦਰਜ ਕੀਤਾ ਸੀ, ਕਿਉਂਕਿ ਬੈਂਸ ਨੇ 144 ਧਾਰਾ ਲੱਗੀ ਹੋਣ ਦੇ ਬਾਵਜੂਦ ਵੀ ਆਪਣੇ ਸਮਰਥਕਾਂ ਨਾਲ ਮਿਲ ਕੇ ਚੰਡੀਗੜ੍ਹ ਰੋਡ 'ਤੇ ਪੁਲਿਸ ਦੀ ਮੌਜੂਦਗੀ 'ਚ ਚਕਮਾ ਦੇ ਕੇ ਆਪਣੇ ਸਮਰਥਕਾਂ ਦੇ ਨਾਲ ਆਪਣੀਆਂ ਗੱਡੀਆਂ 'ਤੇ ਸਵਾਰ ਹੋ ਕੇ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਲੈ ਕੇ ਪੁਲਿਸ ਨੇ 186, 332, 153, 188 ਅਤੇ 149 IPC ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਕੀ ਫੈਸਲਾ ਆਇਆ ਅੱਜ ਇਹਨਾਂ ਨੂੰ? ਸਿਮਰ ਬੈਂਸ ਨੂੰ ਜੁਡੀਸ਼ੀਅਲ ਭੇਜ ਦਿੱਤਾ। ਇੱਕ ਦਿਨ ਦਾ ਪੁਲਿਸ ਨੇ ਪਹਿਲਾਂ ਰਿਮਾਂਡ ਲੈ ਲਿਆ, ਕੱਲ੍ਹ ਅੱਜ ਉਹਨਾਂ ਨੂੰ ਜੁਡੀਸ਼ੀਅਲ ਭੇਜ ਦਿੱਤਾ, ਕਿਉਂਕਿ ਜਿਹੜੀ ਗੱਡੀ ਦੀ ਰਿਕਵਰੀ ਮੰਗਦੇ ਸੀ ਉਹ ਗੱਡੀ ਆਪ ਹੀ ਦੇ ਆਇਆ ਥਾਣੇ, ਇਸ ਕਰਕੇ ਹੁਣ ਉਹਨਾਂ ਨੂੰ ਜੁਡੀਸ਼ੀਅਲ ਭੇਜ ਦਿੱਤਾ। ਬੇਲ ਐਪਲੀਕੇਸ਼ਨ ਮੈਂ ਅੰਦਰ ਦੇਣ ਲੱਗਿਆ ਜੱਜ ਸਾਹਿਬ ਨੂੰ, ਉਹਦੀ ਕੀ ਤਰੀਕ ਪੈਂਦੀ ਹੈ ਤੁਹਾਨੂੰ ਦੱਸ ਦਿਆਂਗੇ।